ਸਾਰੇ ਮੈਂਬਰਸ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਮੂਲ ਮੰਤਰ ਦੇ ਉੱਤੇ ਕੰਮ ਕਰਦੇ ਆ, ਪੱਤਰਕਾਰਤਾ ਦੇ ਨਾਲ ਨਾਲ ਕਿਤੇ ਵੀ ਜ਼ਰੂਰਤ ਪੈਂਦੀ ਆ ਅਤੇ ਕੋਈ ਨਾ ਕੋਈ ਸਮਾਜ ਸੇਵਾ ਦਾ ਕੰਮ ਅਵੱਸ਼ ਕਰਦੇ ਆ। ਜਿੱਦਾਂ ਕਿ ਮੈਂ ਗੱਲ ਕਰਨਾ ਮੋਹਿਤ ਸ਼ੇਖੜੀ, ਮੋਹਿਤ ਸ਼ੇਖੜੀ ਦਾ ਮਕਸਦ ਮਾਤਰ ਪੈਸੇ ਕਮਾਉਣਾ ਨਹੀਂ ਹੁੰਦਾ। ਇਹਨਾਂ ਦੇ ਖਬਰਾਂ ਇਸ ਤਰ੍ਹਾਂ ਦੀ ਆਪਾਂ ਦੇਖਦੇ ਹਾਂ, ਜੇ ਕਿਸੇ ਦੇ ਘਰ ਦੀ ਛੱਤ ਗਿਰ ਗਈ ਤਾਂ ਮੈਂ ਦੇਖਦਾ ਇਹ ਖਬਰ ਚਲਾਉਂਦੇ ਆ, ਅਤੇ ਉਸ ਛੱਤ ਗਿਰਨ ਵਾਲੇ ਗਰੀਬ ਪਰਿਵਾਰ ਦੀ ਮਦਦ ਕਰਨ ਵਾਸਤੇ ਲੋਕ ਇਹਨਾਂ ਨਾਲ ਸੰਪਰਕ ਕਰਨ ਲੱਗਦੇ ਆ ਕਿ ਚਲੋ ਅਸੀਂ ਉਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਾਂ। ਕਦੇ ਕਿਸੇ ਦੇ ਬਾਈਕ ਚੋਰੀ ਹੋ ਜਾਂਦੀ, ਕਦੇ ਕਿਸੇ ਦਾ ਸਾਈਕਲ ਚੋਰੀ ਹੋ ਜਾਂਦਾ, ਇਹ ਖਬਰ ਚਲਾ ਦਿੰਦੇ ਆ। ਜਾਂ ਤਾਂ ਬਾਈਕ ਜਾਂ ਮੋਟਰਸਾਈਕਲ ਕਿਤੇ ਮਿਲ ਜਾਂਦਾ ਵਾ, ਨਹੀਂ ਤਾਂ ਉਸ ਗਰੀਬ ਪਰਿਵਾਰ ਦੀ, ਉਸ ਗਰੀਬ ਇਨਸਾਨ ਦੀ ਮਦਦ ਕਰਨ ਵਾਸਤੇ ਮੋਹਿਤ ਸ਼ੇਖੜੀ ਜੀ ਨੂੰ ਕੌਲ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਯਾਰ ਉਹ ਗਰੀਬ ਪਰਿਵਾਰ ਆ, ਅਸੀਂ ਉਹਨੂੰ ਕੁਛ ਮੁਆਵਜ਼ਾ ਦੇਣਾ ਚਾਹੁੰਦੇ, ਕੁਛ ਉਹਦੀ ਮਦਦ ਕਰਨਾ ਚਾਹੁੰਦੇ, ਕੁਛ ਸੇਵਾ ਕਰਨਾ ਚਾਹੁੰਦੇ। ਕਿਸੇ ਗਰੀਬ ਪਰਿਵਾਰ ਦੇ ਬੱਚੀ ਦਾ ਵਿਆਹ ਨਹੀਂ ਹੋ ਰਿਹਾ, ਪੈਸੇ ਦੁੱਖੋ ਕੋਈ ਇਲਾਜ ਨਹੀਂ ਹੋ ਰਿਹਾ, ਪੈਸੇ ਦੁੱਖੋ ਉਹਨਾਂ ਦੇ ਪਰਿਵਾਰ ਦੀ ਕੋਈ ਧੀ ਕੋਈ ਬੱਚਾ ਸਕੂਲ ਨਹੀਂ ਜਾ ਪਾ ਰਿਹਾ, ਇਹ ਸਟੋਰੀ ਇੱਦਾਂ ਦੀ ਬਣਾਉਂਦੇ ਆ, ਇੰਨੀ ਇਮੋਸ਼ਨਲ ਹੋ ਜਾਂਦੀ ਆ। ਕਿਉਂਕਿ ਹਕੀਕਤ ਆ, ਜਿਹੜੀ ਹਕੀਕਤ ਹੁੰਦੀ ਨਾ, ਸੱਚਾਈ ਹੁੰਦੀ ਨਾ, ਉਹ ਤੁਹਾਡੇ ਇੱਥੇ ਦਿਲ ਦੇ ਆ ਕੇ ਲੱਗਦੀ ਆ। ਇਹ ਜਦੋਂ ਇਹੋ ਜਿਹੀ ਸਟੋਰੀ ਕਰਦੇ ਆ, ਔਰ ਸਾਡੇ ਸਮਾਜ 'ਚ ਇੰਨੇ ਦਾਨੀ ਸੱਜਣ ਬੈਠੇ ਆ, ਉਹ ਉਹਦੀ ਮਦਦ ਕਰਨ ਵਾਸਤੇ ਆ ਜਾਂਦੇ। ਇਹੋ ਜਿਹੇ ਬੜੇ ਸਾਰੇ ਮੈਂ ਦੇਖਦਾ ਵਾਂ ਇਹਦੇ ਜੀਵਨ ਦੇ ਵਿੱਚ, ਇਹਨੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ ਹੈ। ਅੱਜ ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਨੌਰਥ ਵਿੱਚ ਕੀਤੀ ਗਈ ਆ, ਜਿਹਦੇ ਵਿੱਚ ਸਾਡੇ ਵਿਸ਼ੇਸ਼ ਤੌਰ 'ਤੇ ਇਸ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਗੁਰਪ੍ਰਸਿੱਧ ਸੰਧੂ ਜੀ, ਉਹਨਾਂ ਦੇ ਨਾਲ ਸਾਡੇ ਐਸੋਸੀਏਸ਼ਨ ਦੇ ਪੈਟਰਨ ਸ਼੍ਰੀ ਪ੍ਰਦੀਪ ਵਰਮਾ ਜੀ, ਔਰ ਨਾਲ ਸਾਡੇ ਚੀਫ ਐਡਵਾਈਜ਼ਰ ਸਰਦਾਰ ਜਸਵਿੰਦਰ ਸਿੰਘ ਆਜ਼ਾਦ ਜੀ, ਔਰ ਸਾਡੇ ਵਿੱਚ ਸਾਡੇ ਨਾਲ ਇਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਰਦਾਰ ਐਡਵੋਕੇਟ ਅਜੀਤ ਸਿੰਘ ਬਲੰਦ ਜੀ, ਇਹ ਵਿਸ਼ੇਸ਼ ਤੌਰ 'ਤੇ ਪਹੁੰਚੇ ਆ, ਔਰ ਇਹਨਾਂ ਸਾਰਿਆਂ ਨੇ ਅੱਜ ਮੋਹਿਤ ਸ਼ੇਖੜੀ ਜੀ ਨੂੰ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ, ਸੁਖਵਿੰਦਰ ਬੱਗਾ ਜੀ ਨੂੰ ਜਲੰਧਰ ਨੌਰਥ ਤੋਂ ਸੈਕਟਰੀ, ਔਰ ਉਹਨਾਂ ਦੇ ਨਾਲ ਅੰਕਿਤ ਭਾਸਕਰ ਜਿਨ੍ਹਾਂ ਦਾ ਜਨਮਦਿਨ ਵੀ ਆ, ਇਹਨਾਂ ਨੂੰ ਅਸੀਂ ਡਿਜੀਟਲ ਮੀਡੀਆ ਐਸੋਸੀਏਸ਼ਨ ਸਪੋਰਟਸ ਵਿੰਗ ਦਾ ਸੈਕਟਰੀ ਨਿਯੁਕਤ ਕੀਤਾ ਵਾ, ਔਰ ਨਾਲ ਹੀ ਸਾਡੇ ਸਰਦਾਰ ਤਰਨਜੀਤ ਸਿੰਘ ਜੀ, ਇਹਨਾਂ ਨੂੰ ਅਸੀਂ ਆਪਣੀ ਐਸੋਸੀਏਸ਼ਨ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਵਾ। ਹਮੇਸ਼ਾ ਤੋਂ ਵਾਰ ਵਾਰ ਪੱਤਰਕਾਰਾਂ ਨੂੰ ਅਸੀਂ ਇਹੀ ਨਿਵੇਦਨ ਕਰਦੇ ਹਾਂ ਕਿ ਜਿਹੜੀ ਸਾਡੀ ਪੱਤਰਕਾਰਤਾ ਵਾ, ਉਹ ਮਾਤਰ ਇੱਕ ਪੈਸੇ ਕਮਾਉਣ ਵਾਸਤੇ ਨਾ ਹੋਵੇ, ਕਿਉਂਕਿ ਪੱਤਰਕਾਰ ਜੇ ਅਸੀਂ ਪੁਰਾਣੇ ਇਤਿਹਾਸ ਨੂੰ ਦੇਖ ਲਈਏ ਤਾਂ ਬਹੁਤ ਸਾਰੇ ਕ੍ਰਾਂਤੀਕਾਰੀ ਦੇਸ਼ ਭਗਤ ਪੱਤਰਕਾਰ ਰਹੇ ਆ, ਅਤੇ ਇੱਕ ਪੱਤਰਕਾਰ ਦਾ ਜੋ ਜਿਹੜਾ ਕਿੱਤਾ ਵਾ ਉਹ ਮਾਤਰ ਪੈਸੇ ਕਮਾਉਣ 'ਤੇ ਨਾ ਰਹੇ। ਕਹਿੰਦਾ ਕਿ ਆਪਣੇ ਦੁੱਖ ਮੇਂ ਰੋਣੇ ਵਾਲੇ ਮੁਸਕੁਰਾਉਣਾ ਸਿੱਖ ਲਏ, ਔਰ ਉਹ ਕੇ ਦੁੱਖ ਦਰਦ ਮੇਂ ਆਂਸੂ ਬਹਾਨਾ ਸਿੱਖ ਲਏ, ਆਪ ਖਾਣੇ ਮੇਂ ਮਜ਼ਾ ਨਹੀਂ ਹੈ ਜੋ ਖਿਲਾਣੇ ਮੇਂ ਹੈ, ਜ਼ਿੰਦਗੀ ਹੈ ਦੋ ਚਾਰ ਦਿਨ ਕੀ ਤੋ ਕਿਸੀ ਕੇ ਕਾਮ ਆਉਣਾ ਸਿੱਖ ਲਏ। ਇਹੋ ਜਿਹੇ ਇਗਜ਼ੈਂਪਲ ਸਾਡੇ ਐਸੋਸੀਏਸ਼ਨ 'ਚ ਬਹੁਤ, ਇਹਨਾਂ ਦੇ ਜਿਹੜੇ ਗੀਤਾ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਕਿਹਾ ਤੁਸੀਂ ਕਿੱਦਾਂ ਦੇ ਕਰਮ ਕਰੋ ਤੁਹਾਡੇ ਕਰਮ ਤੁਹਾਡੇ ਯੋਗ ਬਣ ਜਾਣ, ਤੁਹਾਡਾ ਪੂਜਾ ਬਣ ਜਾਵੇ। ਅਤੇ ਮੈਂ ਦੇਖਦਾ ਵਾਂ ਮੋਹਿਤ ਸ਼ੇਖੜੀ ਜੀ ਨੂੰ, ਅਤੇ ਸਾਨੂੰ ਬਹੁਤ ਪ੍ਰਾਊਡ, ਅੱਜ ਅਸੀਂ ਗਰਵ ਫੀਲ ਕਰ ਰਹੇ ਹਾਂ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹੋ ਜਿਹੇ ਸਦੱਸਿਆ ਸਾਡੇ ਵਿੱਚ। ਸੇਮ ਇਸੇ ਤਰ੍ਹਾਂ ਸਾਡੇ ਵਿੱਚ ਜਸਵਿੰਦਰ ਆਜ਼ਾਦ ਜੀ, ਇਹਨਾਂ ਨੇ 25-30 ਸਾਲਾਂ ਤੋਂ ਪੱਤਰਕਾਰਤਾ ਕਰ ਰਿਹਾ। ਸਾਡੇ ਸੰਧੂ ਸਾਹਿਬ ਨੇ ਆਪਣਾ ਸਾਰਾ ਜੀਵਨ ਪੱਤਰਕਾਰਤਾ 'ਚ ਲਗਾਤਾ। ਸ਼੍ਰੀ ਪ੍ਰਦੀਪ ਵਰਮਾ ਜੀ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਇਹਨਾਂ ਨੇ ਸਾਰਾ ਆਪਣਾ ਪਿਛਲੇ 5 ਸਾਲ ਤੋਂ ਲੱਗੇ ਹੋਏ ਆ, ਔਰ ਇਹਨਾਂ ਨੇ ਆਪਣਾ ਸਾਰਾ ਜੀਵਨ
ਲੰਬੇ ਟਾਈਮ ਦਾ ਇੰਨਾ ਅਨੁਭਵ ਆ। ਸੇਮ ਇਸੇ ਤਰ੍ਹਾਂ ਸਾਡੇ ਤਰਨਜੀਤ ਸਿੰਘ ਜੀ, ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਆ, ਔਰ ਨਾਲ ਹੀ ਬੁਲੰਦ ਸਾਹਿਬ ਜਿਨ੍ਹਾਂ ਨੇ ਨਾਲ ਐਡਵੋਕੇਟ ਵੀ ਆ, ਔਰ ਸਾਡੇ ਐਸੋਸੀਏਸ਼ਨ ਨੂੰ ਕਿਤੇ ਵੀ ਕਿਸੇ ਤਰ੍ਹਾਂ ਦੀ ਪੱਤਰਕਾਰ ਨੂੰ ਕੋਈ ਲੋੜ ਪੈਂਦੀ ਆ ਤਾਂ ਬਿਲਕੁਲ ਫਰੀ ਆਫ ਕੋਸਟ ਉਹਨਾਂ ਦੇ ਕੇਸ ਲੜਦੇ ਆ, ਉਹਨਾਂ ਦਾ ਰੁਪਈਆ ਨਹੀਂ ਲੱਗਦਾ, ਕੋਈ ਫੀਸ ਨਹੀਂ ਲੈਂਦੇ ਅਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ, ਇਹ ਹਮੇਸ਼ਾ ਹੀ ਡੱਟ 'ਤੇ ਖੜ੍ਹੇ ਹੁੰਦੇ ਆ। ਦੂਸਰਾ ਐਂਡ ਦੇ ਵਿੱਚ ਮੈਂ ਸ਼ਹਿਰ ਦੀ ਜਨਤਾ ਨੂੰ ਇੱਕ ਜ਼ਰੂਰ ਪ੍ਰਾਰਥਨਾ ਕਰਨਾ ਚਾਹੂੰਗਾ ਕਿ ਬਹੁਤ ਸਾਰੇ ਇਹੋ ਜਿਹੇ ਸ਼ਰਾਰਤੀ ਅਨਸਰ, ਦੇਸ਼ ਵਿਰੋਧੀ ਅਨਸਰ, ਅਸਮਾਜਿਕ ਤੱਤਰ ਜਿਨ੍ਹਾਂ ਨੂੰ ਪੱਤਰਕਾਰ ਨਹੀਂ ਕਿਹਾ ਜਾ ਸਕਦਾ, ਉਹ ਤੁਹਾਨੂੰ ਆ ਕੇ ਤੰਗ ਪਰੇਸ਼ਾਨ ਕਰਦੇ ਹੋਵੇ, ਤੁਹਾਨੂੰ ਲੱਗਦਾ ਹੋਣਾ ਕਿ ਇੱਕ ਪੱਤਰਕਾਰ ਆ ਕੇ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ, ਇਹੋ ਜਿਹੀ ਭਾਵਨਾ ਆਪਣੇ ਮਨ 'ਚ ਨਾ ਲਿਆਓ। ਉਹ ਸ਼ਰਾਰਤੀ ਅਨਸਰ ਆ, ਉਹ ਦੇਸ਼ ਵਿਰੋਧੀ ਆ, ਉਹ ਸਮਾਜ ਵਿਰੋਧੀ ਆ, ਉਹਦੇ ਖਿਲਾਫ਼ ਜੇ ਕੋਈ ਐਕਸ਼ਨ ਲੈਣਾ ਚਾਹੁੰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਅਸੀਂ ਕਿਸ ਤਰ੍ਹਾਂ ਐਕਸ਼ਨ ਲਈਏ, ਸਾਡੀ ਐਸੋਸੀਏਸ਼ਨ ਨਾਲ ਸੰਪਰਕ ਕਰੋ। ਮੇਰਾ ਨਾਮ ਅਮਨ ਬੱਗਾ ਵਾ, 9874410210। ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਤੁਸੀਂ, ਕਿਸੇ ਹੋਰ ਵੀ ਸਾਡੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਨਾਂ ਦੇ ਪੱਤਰਕਾਰਾਂ ਦੇ ਸੰਪਰਕ ਕਰੋ, ਅਸੀਂ ਤੁਹਾਡੀ ਉਹਦੇ ਵਿੱਚ ਮਦਦ ਕਰਾਂਗੇ। ਲੇਕਿਨ ਤੁਹਾਡੇ ਤੋਂ ਉਸ ਬੰਦੇ ਦੀ ਜਿਹੜਾ ਤੁਹਾਨੂੰ ਬਲੈਕਮੇਲ ਕਰ ਰਿਹਾ, ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ, ਤੁਹਾਡੇ ਕੋਲੋਂ ਉਹਦੀ ਆਡੀਓ ਵੀਡੀਓ ਹੋਣੀ ਬਹੁਤ ਜ਼ਰੂਰੀ ਆ। ਕਿਤੇ ਇਹ ਨਾ ਹੋਵੇ ਕਿ ਲੋਕ ਜਾਣ ਬੁੱਝ ਕੇ ਹੀ ਪੱਤਰਕਾਰ ਦੇ ਉੱਤੇ ਉਂਗਲੀ ਚੁੱਕ ਦੇਣ, ਗਲਤ ਖੁਦ ਹੋਣ ਔਰ ਸਾਬਤ ਕਰਨ ਕਿ ਗਲਤ ਪੱਤਰਕਾਰ ਆ। ਇਹ ਅਸੀਂ ਗਲਤ ਬੰਦੇ ਦਾ ਬਿਲਕੁਲ ਸਾਥ ਨਹੀਂ ਦਿੰਦੇ, ਸਹੀ ਪੱਤਰਕਾਰ ਦੇ ਨਾਲ ਸਾਡੀ ਐਸੋਸੀਏਸ਼ਨ ਕੰਧੇ ਨਾਲ ਕੰਧੇ ਮਿਲਾ ਕੇ ਖੜ੍ਹੀ ਆ। ਪੱਤਰਕਾਰ ਨੂੰ ਅਗਰ ਕਿਤੇ ਤੰਗ ਪਰੇਸ਼ਾਨੀ ਆਉਂਦੀ ਆ ਅਤੇ ਆਹ ਜਿਹੜੀ ਟੀਮ ਬੈਠੀ ਨਾ, ਇਹ ਚੱਟਾਨ ਦੀ ਤਰ੍ਹਾਂ ਉਹਨਾਂ ਖੜ੍ਹ ਜਾਂਦੀ ਆ, ਔਰ ਇਹਨਾਂ ਦਾ ਇਤਿਹਾਸ ਰਿਹਾ ਵਾ ਕਿ ਜਦੋਂ ਵੀ ਕਿਸੇ ਪੱਤਰਕਾਰ ਨੂੰ ਦਿੱਕਤ ਪਰੇਸ਼ਾਨੀ ਆਈ ਹੈ, ਉਹਨਾਂ ਚੱਟਾਨ ਦੀ ਤਰ੍ਹਾਂ ਖੜ੍ਹੇ ਵੀ ਹੋਏ ਔਰ ਉਹਦੇ ਉਹਨੂੰ ਨਿਆਂ ਲਈ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਉਹਨਾਂ ਨੂੰ ਇਨਸਾਫ ਹੀ ਦਵਾਇਆ ਵਾ। ਐਂਡ ਦੇ ਵਿੱਚ ਮੈਂ ਫਿਰ ਤੋਂ ਸਾਡੇ ਜਿਹੜੇ ਭਰਾ ਅੰਕਿਤ ਭਾਸਕਰ ਜੀ, ਇਹਨਾਂ ਦੀ ਪੂਰੀ ਟੀਮ, ਅਖੰਡ ਕੇਸਰੀ, ਨਵ ਕੇਸਰੀ ਟਾਈਮਸ ਦੀ ਪੂਰੀ ਟੀਮ ਨੂੰ, ਇਹਨਾਂ ਦੇ ਪਿਤਾ ਸ਼੍ਰੀ ਉਹਨਾਂ ਨੂੰ ਵੀ, ਰਕੇਸ਼ ਭਾਸਕਰ ਜੀ ਨੂੰ ਵੀ, ਪੂਰੀ ਟੀਮ ਨੂੰ ਮੈਂ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਪਰਮਾਤਮਾ ਇਹਨਾਂ ਨੂੰ ਖੂਬ ਖੂਬ ਤਰੱਕੀ ਦੇਵੇ, ਔਰ ਮੈਂ ਨਾਲ ਹੀ ਮੋਹਿਤ ਸ਼ੇਖੜੀ ਜੀ ਨੂੰ ਵੀ ਇਹ ਆਸ਼ਵਾਸਨ ਦਵਾਉਣਾ, ਜੇ ਤੁਹਾਨੂੰ ਕਿਤੇ ਵੀ ਲੋੜ ਪੈਂਦੀ ਹੈ ਐਸੋਸੀਏਸ਼ਨ ਦੀ, ਅਤੇ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹੋਵਾਂਗੇ, ਤੁਸੀਂ ਇਸ ਤਰ੍ਹਾਂ ਹੀ ਆਪਣੀ ਪੱਤਰਕਾਰਤਾ ਦੇ ਵਿੱਚ ਔਰ ਵੱਡੇ ਵੱਡੇ ਕੰਮ ਕਰੋ ਔਰ ਸਮਾਜ ਦੀ ਸੇਵਾ ਕਰਦੇ ਰਹੋ। ਔਰ ਹਮੇਸ਼ਾ ਅੱਗੇ ਵੀ ਇਹਨਾਂ ਨੂੰ 2-4 ਵਾਰੀ ਲੋੜ ਪਈ ਆ, ਡਟ ਕੇ ਖੜ੍ਹੇ ਹੋਏ ਆ, ਬਾਅਦ 'ਚੋਂ ਜਿਹਨੇ ਮੈਨੂੰ ਤੰਗ ਪਛਾਣ ਕੀਤਾ ਉਹ ਵਿਚਾਰੋ ਬਾਅਦ ਵਿੱਚ ਮਾਫੀਆ ਮੰਗ ਕੇ ਉਹਨਾਂ ਨੇ ਆਪਣੀ ਜਾਨ ਛੁਡਾਈ ਆ। ਇਮਾਨਦਾਰ ਔਰ ਸ਼ਰੀਫ ਪੱਤਰਕਾਰ ਨੂੰ ਬਹੁਤ ਸਾਰੇ ਲੋਕ ਤੰਗ ਪਛਾਣ ਕਰਨ ਨੂੰ ਆਉਂਦੇ ਆ, ਲੇਕਿਨ ਐਸੋਸੀਏਸ਼ਨ ਨਾਲ ਖੜ੍ਹਦੇ ਆ ਔਰ ਖੜ੍ਹੇ ਰਹੇਗੇ। ਔਰ ਮੈਂ ਐਂਡ ਤੋਂ ਫਿਰ ਸਾਰੀ ਐਸੋਸੀਏਸ਼ਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ, ਜਿਹੜੇ ਐਸੋਸੀਏਸ਼ਨ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਆ। ਬਹੁਤ ਬਹੁਤ ਧੰਨਵਾਦ।